ਹੁਣੀ ਹੁਣੀ ਜੋ ਖਬਰ ਆ ਰਹੀ ਹੈ ਇਹ ਦੱਸਿਆ ਜਾ ਰਿਹਾ ਕਿ CBI ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੇ 3 ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ, ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅੱਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ। ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ੍ਹ ਉਹਨਾਂ ਦੀ ਜੋ ਜ਼ਮਾਨਤ ਦਾ ਮਸਲਾ ਹੈ, ਜਿਸ ਤਰੀਕੇ ਨਾਲ ਦਿੱਲੀ ਦੀ ਹੇਠਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਵੀ ਉਹਦੇ ਵਿੱਚ ਕੁਛ ਵੀ ਨਹੀਂ ਹੈ, ਸਾਫ਼ ਪਤਾ ਲੱਗ ਰਿਹਾ ਕਿ ED ਕਿਸੇ ਏਜੰਡੇ ਦੇ ਨਾਲ, ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ। ਅਤੇ ਕੱਲ੍ਹ ਜਦੋਂ ਇਹ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਾਧੀਨ ਹੋਣਾ ਸੀ ਅਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕ 'ਚ ਫੈਸਲਾ ਦਊਗਾ, ਤਾਂ ਅੱਧੀ ਰਾਤੀ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕਰ ਲਿਆ। ਤੁਸੀਂ ਦੇਸ਼ ਦੇ 3 ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹੋ, ਪਰ ਇਹ ਸਾਫ਼ ਦਰਸਾਉਂਦਾ ਕਿ ਤੁਹਾਨੂੰ ਸੱਚਾਈ ਤੋਂ ਕਿੰਨਾ ਡਰ ਲੱਗਦਾ, ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ, ਤੁਸੀਂ ਕਿੰਨਾ ਖੌਫ ਖਾਂਦੇ ਹੋ ਅਰਵਿੰਦ ਕੇਜਰੀਵਾਲ ਜੀ ਤੋਂ। ਅਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਬਣ ਗਈ ਸੀ ਅਤੇ ਉਸ ਤੋਂ ਬਾਅਦ ਜੋ ਹਾਲ ਹੋਇਆ ਸੀ ਉਹ ਸਭ ਨੂੰ ਪਤਾ। ਅਤੇ ਅੱਜ 49 ਸਾਲ ਬਾਅਦ ਠੀਕ ਉਸੇ ਦਿਨ ਨਰਿੰਦਰ ਮੋਦੀ ਵੱਲੋਂ ਦੁਬਾਰਾ ਐਮਰਜੈਂਸੀ 2.0 ਲਾਈ ਗਈ ਹੈ, ਜਿਸ ਤਰੀਕੇ ਨਾਲ ਇਹ ਗ੍ਰਿਫਤਾਰੀ ਹੋਈ ਹੈ, ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸਦਾ ਜਵਾਬ ਦਊਗਾ, ਦੇਸ਼ ਇਸਦਾ ਮੂੰਹ ਤੋੜ ਜਵਾਬ ਦਊਗਾ, ਪੰਜਾਬ ਇਸਦਾ ਮੂੰਹ ਤੋੜ ਜਵਾਬ ਦਊਗਾ। ਹੁਣੀ ਹੁਣੀ ਜੋ ਖਬਰ ਆ ਰਹੀ ਹੈ ਇਹ ਦੱਸਿਆ ਜਾ ਰਿਹਾ ਕਿ CBI ਵੱਲੋਂ ਅਰਵਿੰਦ ਕੇਜਰੀਵਾਲ ਜੀ ਨੂੰ ਦਿੱਲੀ ਦੇ 3 ਵਾਰ ਤੋਂ ਚੁਣੇ ਹੋਏ ਮੁੱਖ ਮੰਤਰੀ ਨੂੰ, ਇੱਕ ਰਾਸ਼ਟਰੀ ਪਾਰਟੀ ਦੇ ਕੌਮੀ ਪ੍ਰਧਾਨ ਨੂੰ ਅੱਧੀ ਰਾਤ ਨੂੰ ਅਰੈਸਟ ਕਰ ਲਿਆ ਗਿਆ। ਉਦੋਂ ਜਦੋਂ ਸਾਰੀ ਦੁਨੀਆ ਨੂੰ ਪਤਾ ਹੈ ਕਿ ਕੱਲ੍ਹ ਉਹਨਾਂ ਦੀ ਜੋ ਜ਼ਮਾਨਤ ਦਾ ਮਸਲਾ ਹੈ, ਜਿਸ ਤਰੀਕੇ ਨਾਲ ਦਿੱਲੀ ਦੀ ਹੇਠਲੀ ਅਦਾਲਤ ਨੇ ਕਹਿ ਦਿੱਤਾ ਕਿ ਇਸ ਕੇਸ ਦੇ ਵਿੱਚ ਜੋ ਕਥਿਤ ਸ਼ਰਾਬ ਘੁਟਾਲਾ ਹੈ ਵੀ ਉਹਦੇ ਵਿੱਚ ਕੁਛ ਵੀ ਨਹੀਂ ਹੈ, ਸਾਫ਼ ਪਤਾ ਲੱਗ ਰਿਹਾ ਕਿ ED ਕਿਸੇ ਏਜੰਡੇ ਦੇ ਨਾਲ, ਕਿਸੇ ਬਾਇਸਨੈਸ ਦੇ ਨਾਲ ਕੰਮ ਕਰ ਰਹੀ ਹੈ। ਅਤੇ ਕੱਲ੍ਹ ਜਦੋਂ ਇਹ ਜਿਹੜਾ ਮਾਮਲਾ ਹੈ ਉਹ ਸੁਪਰੀਮ ਕੋਰਟ ਦੇ ਵਿੱਚ ਵਿਚਾਰਾਧੀਨ ਹੋਣਾ ਸੀ ਅਤੇ ਲਗਭਗ ਇਹ ਸੀ ਕਿ ਸੁਪਰੀਮ ਕੋਰਟ ਹੱਕ 'ਚ ਫੈਸਲਾ ਦਊਗਾ, ਤਾਂ ਅੱਧੀ ਰਾਤੀ ਅਰਵਿੰਦ ਕੇਜਰੀਵਾਲ ਜੀ ਨੂੰ ਅਰੈਸਟ ਕਰ ਲਿਆ। ਤੁਸੀਂ ਦੇਸ਼ ਦੇ 3 ਵਾਰੀ ਚੁਣੇ ਹੋਏ ਪ੍ਰਧਾਨ ਮੰਤਰੀ ਹੋ ਸਕਦੇ ਹੋ, ਪਰ ਇਹ ਸਾਫ਼ ਦਰਸਾਉਂਦਾ ਕਿ ਤੁਹਾਨੂੰ ਸੱਚਾਈ ਤੋਂ ਕਿੰਨਾ ਡਰ ਲੱਗਦਾ, ਤੁਹਾਨੂੰ ਇੱਕ ਆਮ ਆਦਮੀ ਤੋਂ ਕਿੰਨਾ ਡਰ ਲੱਗਦਾ, ਤੁਸੀਂ ਕਿੰਨਾ ਖੌਫ ਖਾਂਦੇ ਹੋ ਅਰਵਿੰਦ ਕੇਜਰੀਵਾਲ ਜੀ ਤੋਂ। ਅਤੇ ਅੱਜ ਦਾ ਦਿਨ 25 ਜੂਨ 1975 ਨੂੰ ਸਾਡੇ ਦੇਸ਼ ਦੇ ਵਿੱਚ ਐਮਰਜੈਂਸੀ ਬਣ ਗਈ ਸੀ ਅਤੇ ਉਸ ਤੋਂ ਬਾਅਦ ਜੋ ਹਾਲ ਹੋਇਆ ਸੀ ਉਹ ਸਭ ਨੂੰ ਪਤਾ। ਅਤੇ ਅੱਜ 49 ਸਾਲ ਬਾਅਦ ਠੀਕ ਉਸੇ ਦਿਨ ਨਰਿੰਦਰ ਮੋਦੀ ਵੱਲੋਂ ਦੁਬਾਰਾ ਐਮਰਜੈਂਸੀ 2.0 ਲਾਈ ਗਈ ਹੈ, ਜਿਸ ਤਰੀਕੇ ਨਾਲ ਇਹ ਗ੍ਰਿਫਤਾਰੀ ਹੋਈ ਹੈ, ਅਗਰ ਇਹ ਖਬਰ ਸਹੀ ਹੈ ਤਾਂ ਦੇਸ਼ ਇਸਦਾ ਜਵਾਬ ਦਊਗਾ, ਦੇਸ਼ ਇਸਦਾ ਮੂੰਹ ਤੋੜ ਜਵਾਬ ਦਊਗਾ, ਪੰਜਾਬ ਇਸਦਾ ਮੂੰਹ ਤੋੜ ਜਵਾਬ ਦਊਗਾ।